ਤੁਹਾਡੇ ਥਾਣੇ ਦਾ ਨਾ ਮੁਨਸੀ ਨਹੀਂ ਸੁਣਦਾ ਤੁਸੀਂ ਉਹਨਾਂ ਨਾਲ ਜਦੋਂ ਕਹਿੰਦੇ ਨੇ ਨਾ ਵੀ ਸ਼ਹਿਰੀ ਦੇ ਬੰਦੇ ਆ ਜਾਂ ਸ਼ਹਿਰੀ ਦੇ ਪਾਰਟੀ ਦੇ ਬੰਦੇ ਆ ਤੁਸੀਂ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਜੇ ਮੈਂ ਇੰਨੀ ਗੱਲ ਤੇ ਆ ਗਿਆ ਨਾ ਮੈਂ ਕਰਦਾ ਯਾਰ ਸੀਐਮ ਸਾਹਿਬ ਨਾਲ ਮੈਂ ਇਸ ਅਸੀਂ ਤੁਹਾਡੀ ਸੇਵਾ ਕਰ ਰਹੇ ਆ ਮੈਂ ਇਹਨਾਂ ਨੂੰ ਮਾਡਾ ਤੇ ਹੋ ਗਿਆ ਸੇਵਾ ਕਰ ਰਹੇ ਤੁਹਾਡੀ ਵੀ ਅੱਜ ਕਰ ਲਓ ਅੱਜ ਕਰ ਲਓ ਇੱਕ ਬੰਦੇ ਨਾਲ ਮੈਂ ਕੱਲ ਮੈਂ ਉੱਥੇ ਹੁਣ ਕੱਲ ਚੀਮਾ ਸਾਹਿਬ ਦੀ ਮੀਟਿੰਗ ਹੈ ਤੇ ਮੈਂ ਮੀਟਿੰਗ ਛੱਡ ਕੇ ਉੱਠ ਕੇ ਇੱਥੇ ਆਇਆ ਜਦੋਂ ਨਾਮ ਲੈਂਦੇ ਆ ਨਾ ਤੇ ਤੁਸੀਂ ਉਹਨਾਂ ਨਾਲ ਜਦੋਂ ਕਹਿੰਦੇ ਨੇ ਨਾ ਵੀ ਸ਼ਹਿਰੀ ਦੇ ਬੰਦੇ ਆ ਜਾਂ ਸ਼ਹਿਰੀ ਦੇ ਪਾਰਟੀ ਦੇ ਬੰਦੇ ਆ ਤੁਸੀਂ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਮੈਂ ਵੇਟ ਕਰ ਰਿਹਾ ਮੈਂ ਇਸ ਕੰਮ ਦੇ ਹੱਕ ਚ ਆ ਪਰ ਜੋ ਢੰਗ ਆ ਉਹ ਗਲਤ ਆਪਾਂ ਨੂੰ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਕਾਰਵਾਈ ਕਰੋਗੇ ਚਾਰ ਕੰਪਲੇਨਾਂ ਨੇ ਜਨਾਨੀਆਂ ਨੂੰ ਗਲਤ ਬੋਲਦਾ ਮੈਂ ਰਾਤ ਨੂੰ ਇੱਕ ਇੱਕ ਵਜੇ ਨਾਲ ਲੋਕਾਂ ਦੇ ਫੋਨ ਸੁਣਦਾ ਮੇਰੇ ਕੋਲ 40-40 ਬੰਦੇ ਸਵੇਰ ਦਾ ਮੈਂ 700 ਬੰਦੇ ਨੂੰ ਮਿਲ ਲਿਆ ਇਹਨਾਂ ਨੂੰ ਥਾਣੇ ਕੰਪਲੇਂਟਾਂ ਜਦੋਂ ਦਿੰਦੇ ਆ ਇਹਨਾਂ ਦੀ ਵੇ ਆਫ ਟਾਕਿੰਗ ਕੀ ਆ ਪਬਲਿਕ ਸਰਵੈਂਟ ਆ ਮਾਰੇ ਸੁਣਦੀ ਹੁੰਦੀ ਰਾਤ ਦੋ ਵਜੇ ਹੋਣੇ ਆ ਲੋਕਾਂ ਤੋਂ ਤਨਖਾਹ ਲੈਣੀ ਆ ਕਿੱਦਾਂ ਬੋਲਣ ਦਾ ਤੁਹਾਡਾ ਤਰੀਕਾ ਉੱਥੇ ਚਾਰ ਲੇਡੀਜ਼ ਦੀਆਂ ਮੈਨੂੰ ਕੰਪਲੇਂਟਾਂ ਆਈਆਂ ਕਿਸੇ ਤੁਸੀਂ ਲਵਾਇਆ ਤੁਹਾਡਾ ਹੀ ਮੈਂ ਲਾਇਆ ਨਹੀਂ ਚਲੋ ਕਿਹਦਾ ਮੈਂ ਅੱਛਾ 2 ਮਿੰਟ ਇਹਦਾ ਮਤਲਬ ਮੈਂ ਸਭ ਤੁਹਾਨੂੰ ਲੈ ਲਵਾਂ ਜੇ ਮੈਂ ਇੰਨੀ ਗੱਲ ਤੇ ਆ ਗਿਆ ਨਾ ਤੇ ਫਿਰ ਤੁਸੀਂ ਫਿਰ ਕਹੋਗੇ ਵੀ ਇਹ ਬੋਲਦਾ ਮੈਂ 45 ਮਿੰਟ ਉੱਥੇ ਡੀਕਿਆ ਜੇ ਇੱਕ ਮੌਜੂਦਾ MLA ਦਾ ਇਹ ਹਾਲ ਆ ਤੇ ਲੋਕਾਂ ਦੀ ਕਿੱਥੋਂ ਸੁਣਵਾਈ ਕਰਾਂਗੇ ਆਪਾਂ ਆਪਾਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਚੱਲਾਂਗੇ ਆਪਾਂ ਥੋੜਾ ਜਿਹਾ ਕਿਤੇ ਨਾ ਕਿਤੇ ਨਾ ਮੈਂ ਵੀ ਸੌਖਾ ਤੁਹਾਨੂੰ ਕਹਿ ਰਹੀ ਸੌਖਾ ਸੀ ਇਹਨਾਂ ਦੀ ਇਹ ਨਹੀਂ ਕਰਦੀ ਹੈ ਇਹ ਖੁਦ ਤੇਰੇ ਮੰਤਰੀ ਸਾਹਿਬ ਨੇ ਮੈਂ ਪਹਿਲਾਂ ਚੱਕਰ ਮਾਰਿਆ ਇਹਦੇ ਵਿੱਚ ਮੈਂ ਕੀ ਮਾੜਾ ਕਰਦਾ ਤੂੰ ਸ਼ਹਿਰ ਵਾਸੀਆਂ ਨੂੰ ਵੇਖੋ ਜਿੱਥੇ ਕੋਈ ਗਲਤ ਬੰਦਾ ਮੈਂ ਸਿਫਾਰਿਸ਼ ਕਰਦਾ ਬੇਸ਼ੱਕ ਮੈਨੂੰ ਟੋਕ ਦੇ ਪਰ ਜਿੱਥੇ MLA ਸਾਹਿਬ ਇਹਨਾਂ ਨੂੰ ਪੁੱਛੋ ਜੀ 3 ਮਹੀਨੇ ਪਹਿਲਾਂ ਕਿਹੜੇ ਚਲਾਨ ਲਿਆਓ ਕਿੰਨੇ ਇਕੱਠੇ ਸ਼ਹਿਰ ਚ ਜਦੋਂ